ਤੁਸੀਂ ਨਾਮ ਦਾ ਬੰਦਾ ਸੀ ਏਜੰਟ ਸੀ ਅਤੇ ਸਾਨੂੰ ਯਾਨੀ ਕਿ ਧੋਖੇ ਨਾਲ ਸਾਡੇ ਕੋਲ ਪੈਸੇ ਲੈ ਗਿਆ ਅਤੇ ਹੁਣ ਸਾਨੂੰ ਪੈਸੇ ਨਹੀਂ ਦੇ ਰਿਹਾ ਸਾਡੇ ਵਾਪਸ ਨੇ ਸਾਨੂੰ ਸਾਡੀ ਫੋਟੋਆਂ ਨੇ ਇੱਕ ਬਲੈਕਮੇਲ ਦੇ ਰਿਹਾ ਫੇਸਬੁੱਕ 'ਤੇ। ਬਲੈਕਮੇਲ ਕਰ ਰਿਹਾ ਵਾ ਸਾਰੀ ਫੈਮਿਲੀ ਨੂੰ, ਮੈਨੂੰ ਸਾਡੀ ਫੋਟੋਆਂ ਸਾਲ ਤੋਂ ਮਤਲਬ ਲਿਖ ਰਿਹਾ ਵਾ, ਥੋੜ੍ਹੀ ਦੇਰ ਬਾਅਦ ਫਿਰ ਫਲੈਟ ਆ ਕੁੜੀ ਦੀ, ਸਾਨੂੰ ਲੈ ਕੇ ਗਿਆ ਦਿੱਲੀ, ਦਿੱਲੀ ਜਾ ਕੇ ਮੈਨੂੰ ਕੁੜੀ ਨੂੰ ਰੱਖ ਕੇ ਸਾਨੂੰ ਕੱਢ, ਫਿਰ ਕਿੰਨੇ ਕੁ ਪੈਸੇ ਦੇਤੇ ਅੱਜ ਤਾਈਂ ਤੁਸੀਂ ਉਹਨੂੰ? 6 ਲੱਖ ਰੁਪਈਆ ਸਾਡਾ ਚਲੇ ਗਿਆ, ਉੱਤੋਂ ਸਾਨੂੰ ਕਹਿਣਾ ਵੀ ਮੁੰਡਾ ਤੁਹਾਡਾ ਮਾਰ ਦੇਣਾ, ਮੈਂ ਲੈਣਾ ਉਹਨੂੰ 5 ਲੱਖ ਰੁਪਈਆ ਤੁਹਾਡੇ ਵਿਆਹ 'ਤੇ ਲਾਇਆ, ਇਹ ਮੈਨੂੰ ਜਾਇਆ ਜੀ, ਉੱਤੋਂ ਮੰਗਣ ਦੀ ਬਜਾਏ ਦੇਣ ਦੀ ਬਜਾਏ ਸਾਡੇ ਕੋਲ ਮੰਗਣ ਡਿਆ। ਕੀ ਦੱਸਿਆ ਜੀ? ਕੀ ਕਹਿੰਦੀ ਪੁਲਿਸ? ਪੁਲਿਸ ਕਹਿੰਦੀ ਸਾਰੇ ਥਾਣੇ 'ਚ ਭੇਜ ਦਿੱਤੇ ਤੁਹਾਡੀ ਰਿਪੋਰਟ। ਹਾਂਜੀ, ਕਿਉਂ ਆਇਆ ਦਿੱਲੀ? ਜਬਰਦਸਤੀ ਰਿਲੇਸ਼ਨ ਬਣਦਾ ਰਿਹਾ ਮੇਰੀ ਫੈਮਿਲੀ ਨੂੰ, ਡਰ ਦੇ ਕੇ ਤੁਹਾਨੂੰ ਮਰਵਾ ਦੂੰਗਾ ਤੇ ਘਰ ਦੇ ਨੂੰ ਉਹ ਕਰ ਦੂੰਗਾ, ਫਲਾਣ ਕਰ ਤੁਸੀਂ ਕਰ ਦੂੰਗਾ, ਮੈਨੂੰ ਪਸਤੋਲਾ ਵਿਖਾਉਂਦਾ ਰਿਹਾ। ਫਿਰ ਬਾਅਦ ਪੈਸੇ ਜਦੋਂ ਮੁੱਕ ਗਏ ਦਿੱਲੀ ਤੇ ਫਿਰ ਮੈਨੂੰ ਪਤਾ ਹੀ ਨਹੀਂ ਇੱਦਾਂ ਨਿਕਲ ਦੇਣਾ ਨੀ ਮੈਨੂੰ, ਫਿਰ ਮੈਂ ਨਾ ਪਿਆਰ ਨਾਲ ਗੱਲ ਕਰਕੇ ਮਹਾਰਾਜੀ ਅੰਜੂ ਨਾਮ ਜੀ ਅੰਮ੍ਰਿਤਸਰ ਜੀ ਮੇਰਾ ਨਾਮ ਜੀ, ਕੀ ਹੈ ਤੁਹਾਡਾ ਨਾਮ? ਕੀ ਹੈ ਤੁਹਾਡਾ, ਕੌਣ ਬੰਦਾ ਸਾਰਾ? ਕਿ ਗੁਰੂ ਸਿੰਘ ਨਾਮ ਦਾ ਬੰਦਾ ਸੀ, ਏਜੰਟ ਸੀ ਅਤੇ ਸਾਨੂੰ ਯਾਨੀ ਕਿ ਧੋਖੇ ਨਾਲ ਸਾਡੇ ਕੋਲ ਪੈਸੇ ਲੈ ਗਿਆ ਅਤੇ ਹੁਣ ਸਾਨੂੰ ਪੈਸੇ ਨਹੀਂ ਦੇ ਰਿਹਾ ਸਾਡੇ ਵਾਪਸ ਨੇ ਸਾਨੂੰ ਸਾਡੀ ਫੋਟੋਆਂ ਨੇ ਇੱਕ ਬਲੈਕਮੇਲ ਦੇ ਰਿਹਾ ਫੇਸਬੁੱਕ 'ਤੇ ਅਤੇ ਸਾਨੂੰ ਉੱਥੋਂ ਧਮਕੀ ਦੇ ਰਿਹਾ ਕਿ ਸਾਨੂੰ ਮਾਰ ਦੇਣਾ ਵਾ, ਸਾਰੇ ਪਰਿਵਾਰ ਨੂੰ ਪਰੇਸ਼ਾਨ ਕਰਦਾ ਵਾ। ਮੈਨੂੰ ਕੀ ਮੇਲ ਸਾਨੂੰ ਫੇਸਬੁੱਕ 'ਤੇ ਹੋਇਆ ਸੀ ਮੇਲ, ਕਿਉਂਕਿ ਇਹਨੇ ਆਪਣੀ ਫੇਸਬੁੱਕ 'ਤੇ ਅਕਾਊਂਟ ਬਣਾਇਆ ਸੀ ਬਾਹਰ ਜਾਣ ਦਾ ਏਜੰਟ ਦੇ ਨਾਂ 'ਤੇ, ਅਤੇ ਅਸੀਂ ਤਾਂ ਇਹਦੇ 'ਚੋਂ ਮੈਨੂੰ ਕਿ ਮੈਂ ਵੀ ਜਾਣਾ ਸੀ ਬਾਹਰ, ਅਤੇ ਇਹਨੇ ਡੈਨਮਾਰਕ ਦੀ ਫਾਈਲ ਲਗਾਈ ਸੀ ਮੇਰੀ, ਮੈਨੂੰ ਫੋਟੋ ਵੀ ਗਈ, ਵੀਜ਼ਾ ਵੀ ਦਿਖਾਇਆ ਸੀ ਕਿ ਆ, ਪਰ ਇਹਨੇ ਬਾਅਦ 'ਚੋਂ ਸਾਨੂੰ ਬਾਹਰ ਭੇਜਿਆ ਨਹੀਂ, ਮੇਰਾ 6 ਲੱਖ ਰੁਪਇਆ ਲੈ ਲਿਆ, ਉਹ ਵੀ ਨਹੀਂ ਕਿਸ਼ਤਾਂ ਦੇ ਵਿੱਚ ਰਿਹਾ ਸੀ ਥੋੜ੍ਹੇ ਥੋੜ੍ਹੇ ਕਰਕੇ, 2 ਸਾਲ ਵਿੱਚ ਇਹਨੇ ਲੈ ਲਏ ਪੈਸੇ ਇੱਦਾਂ ਹੀ ਨਾ ਦੇ ਰਿਹਾ ਹੁਣ ਸਾਨੂੰ। ਅੱਛੀ ਫੈਮਿਲੀ ਦਾ ਬੰਦਾ ਮੈਂ, ਇੱਦਾਂ ਫਰੋਡ ਨਹੀਂ ਆ ਕਿ ਜਿੱਦਾਂ ਲੋਕ ਏਜੰਟ ਕਰਦੇ ਆ, ਅਸੀਂ ਇਹਦੇ ਗੱਲਾਂ ਵਿੱਚ ਆ ਗਏ, ਤਾਂ ਸਾਡੇ ਨੇ ਦੇਖਿਆ ਕਿਤੇ ਜਾਂਦਾ ਰਿਹਾ ਸਾਨੂੰ ਘੁੰਮਣ ਫਿਰਨ, ਸਾਰੀ ਫੈਮਿਲੀ ਵਾਂਗੂ ਰਿਹਾ ਸਾਡੇ ਨਾਲ, ਅਤੇ ਬਾਅਦ 'ਚੋਂ ਇਹਨਾਂ ਨੇ ਇਹਦਾ ਧੋਖਾ ਕੀਤਾ ਬਾਅਦ 'ਚੋਂ, ਅਤੇ ਸਾਨੂੰ ਨਹੀਂ ਪਤਾ ਕਿ ਬੰਦਾ ਇੱਦਾਂ ਦਾ ਵਾ, ਅਤੇ ਬਾਅਦ 'ਚੋਂ ਪੈਸੇ ਵੀ ਲੈ ਗਿਆ ਸਾਡੇ ਕੋਲ 6 ਲੱਖ ਰੁਪਈਆ, ਉਹ ਵੀ ਨਹੀਂ ਕਿਸ਼ਤਾਂ 'ਤੇ ਖੜਾ, ਜਿੱਦਾਂ ਕਦੇ 30,000 50,000 ਇੱਦਾਂ ਕਰਕੇ ਲੈ ਗਏ, ਕਿਉਂਕਿ ਅਸੀਂ ਬਹੁਤ ਵਿਸ਼ਵਾਸ ਕਰਦੇ ਸੀ, 2 ਸਾਲ ਸਾਡੇ ਘਰ ਹੁੰਦਾ ਜਾਂਦਾ ਰਿਹਾ ਕਿ ਅਸੀਂ ਵਿਸ਼ਵਾਸ ਕਰਕੇ ਉਹਨੂੰ ਦੇ ਦੇਣਾ, ਕਦੇ ਜਿੰਨੇ ਮੰਗਿਆ ਸੀ ਉਹਨੇ ਦੇ ਦਿੰਦੇ ਰਹੇ, ਸੋ ਕਹਿੰਦਾ ਰਿਹਾ ਕਿ ਤੁਹਾਡੇ ਪੈਸੇ ਲੱਥਣ ਦੇ ਆ, ਤੁਹਾਨੂੰ ਇੱਕਦਮ ਦਿੱਤੇ ਨਹੀਂ ਜਾਣੇ, ਅਤੇ ਹੁਣ ਸਾਨੂੰ ਬਹੁਤ ਕਦੀ ਵਟਸਐਪ 'ਤੇ ਫੇਸਬੁੱਕ 'ਤੇ ਸਾਡੀ ਫੋਟੋਆਂ ਫੈਮਿਲੀ ਦੇ ਪਾ ਕੇ ਗਲਤ ਮਲਤ ਲਿਖ ਕੇ ਅਤੇ ਪਰੇਸ਼ਾਨ ਕਰ ਰਿਹਾ ਸਾਨੂੰ। ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਮੰਗ ਸਾਡੇ ਕੋਲ 5 ਲੱਖ ਮੰਗ ਰਿਹਾ ਸੁਪਰ ਹੁਣ ਆਪਣੇ, ਤੁਸੀਂ ਕੀ ਮੰਗ? ਸਾਨੂੰ ਅਸੀਂ ਇਹਨੂੰ ਫੜਨਾ ਚਾਹੁੰਦੇ, ਇਨਸਾਫ ਚਾਹੀਦਾ ਸਾਨੂੰ। ਮੈਨੂੰ ਕਿ ਸਾਡੇ ਪਰਿਵਾਰ ਨੂੰ ਬਹੁਤ ਇਹਦੇ ਤੋਂ ਖਤਰਾ ਵਾ, ਸਾਨੂੰ ਪਸਤੋਲਾ ਵੀ ਸਾਨੂੰ ਕਹਿ ਦਿੰਦਾ, ਬੰਦੇ ਭੇਜ ਦਿੱਤੇ ਗਏ ਤੁਹਾਡੇ ਵਾਸਤੇ ਮਰਵਾਉਣ ਵਾਸਤੇ, ਸਾਨੂੰ ਇੱਦਾਂ ਕਰਦਾ ਤੁਹਾਡੇ ਘਰ ਬੰਦੇ ਭੇਜ ਦੂੰਗਾ, ਮੈਂ ਤੁਹਾਨੂੰ ਮਰਵਾ ਦੂੰਗਾ, ਤੁਹਾਨੂੰ ਉਹ ਕਰਦੇ ਬਦਨਾਮ ਕਰ ਦੂੰਗਾ, ਤੁਹਾਨੂੰ ਮੈਂ ਇੱਦਾਂ ਕਰ ਦੂੰਗਾ, ਤੁਹਾਡੇ ਪੋਸਟਰ ਲਗਾ ਦੂੰਗਾ, ਇੱਦਾਂ ਇੱਦਾਂ ਕਰਿਆ, ਸਾਰੀ ਫੈਮਿਲੀ ਨੂੰ ਪਰੇਸ਼ਾਨ ਕਰੀ ਜਾ ਰਿਹਾ, ਵਟਸਐਪ 'ਤੇ ਗਰੁੱਪ ਬਣਾ ਕੇ ਗਾਲਾਂ ਕੱਢਦਾ ਵਾ, ਲੋਕਾਂ ਨੂੰ ਸਾਡੇ ਨੰਬਰ ਦੇਈ ਜਾਂਦਾ ਜਾਣ ਕੇ, ਜਿੱਦਾਂ ਬਾਹਰ ਦੁਬਈ ਸਾਈਡ ਲੋਕਾਂ ਨੂੰ ਨੰਬਰ ਦਿੰਦਾ ਪੈਂਦਾ, ਲੋਕ ਫੋਨ ਕਰਦੇ ਸਾਨੂੰ ਪਰੇਸ਼ਾਨ ਕਰਦੇ ਰਾਤ ਦਿਨ, ਅਤੇ ਸਰ ਅੰਜੂ ਬਾਲਾ ਨਾਮ ਲੜਕੀ ਆ, ਇਹ CP ਸਾਹਿਬ ਦੇ ਪੇਸ਼ ਹੋਈ ਸੀ, ਪੇਸ਼ ਹੋ ਕੇ ਦਰਖਾਸਤ ਦਿੱਤੀ ਇਹਨੇ ਵੀ ਕੋਈ ਲੜਕਾ ਇਹਨੂੰ ਤੰਗ ਪਛਾਣ ਕਰਦਾ ਵਾ, ਇਹ ਪਟਿਆਲੇ ਨੌਕਰੀ ਕਰਦੀ ਸੀ ਅਤੇ ਉੱਥੋਂ ਹੁਣ ਆਪਣੇ ਘਰ ਆ ਗਈ ਆ, ਅਤੇ ਇਹਨੂੰ ਕਿਸੇ ਨੇ ਗਲਤ ਆਈਡੀ ਫੇਕ ਆਈਡੀ ਬਣਾ ਕੇ, ਫੇਸਬੁੱਕ ਆਈਡੀ ਬਣਾ ਕੇ ਉੱਥੇ ਇਹਦੀ ਫੋਟੋਆਂ ਅਪਲੋਡ ਕੀਤੀਆਂ ਸੀ, ਅਤੇ ਹੁਣ ਜਦੋਂ ਦਰਖਾਸਤ ਦੇਣ ਤੋਂ ਬਾਅਦ ਇਹਦੀਆਂ ਕੋਈ ਦੱਸੀਆਂ ਵੀ ਦੱਸਿਆ ਵੀ ਇਹਨੇ ਵੀ ਬੰਦ ਹੋ ਗਿਆ ਸੀ, ਪਰ ਹੁਣ ਫਿਰ ਚਾਲੂ ਹੋ ਗਿਆ ਵਾ,
ਇਹ ਦਰਖਾਸਤ ਸਾਨੂੰ ਆਈ ਹੈ ਹੁਣ ਇੱਕ ਦੋ ਦਿਨ ਹੋਏ ਆ ਆਪਾਂ ਉਹਦੇ ਤਸਦੀਕ ਕਰਕੇ ਜੋ ਉਹਦੇ ਖਿਲਾਫ਼ ਹੋਏ ਕਰਵਾਉਣ ਦੀ ਗੱਲ ਕਰਾਂਗੇ।